ਉਹ ਚੇਨ ਸਲਾਹ ਉਹਨੇ ਅੱਗੇ ਲੰਘ ਜਾਣੀ, ਅੱਗੇ ਉਹ ਤੇਰੀ ਭੈਣ ਦੇ ਦਿਲ ਲੈਣ ਜਾਣ ਡੇ ਆ, ਪੋਤੀ ਦੇ ਅੱਗੇ ਬਦਮਾਸ਼ੀ ਮੰਨਣ ਡੇ। ਸਾਫਾ ਕੋਈ ਰਕਸ਼ੇ ਚ ਭੁੱਲ ਗਿਆ ਸੀ? ਨਹੀਂ ਸਾਫਾ, ਮੈਂ ਪਾਥੀਆਂ ਲੈਣ ਆਇਆ। ਵੀ ਪਤਾ ਵੀ ਆ ਬਦਮਾਸ਼ ਆ, ਫੇਰ ਪੁੱਛਣ ਡੇ। ਉਹਨਾਂ ਦੇ ਕਹਿਣ ਦਾ ਮਕਸਦ ਆ ਚੱਕ ਲੋ। ਬਦਮਾਸ਼ ਮਤਲਬ ਇਹ ਜੋ ਸਾਫਾ ਰੱਖ ਕੇ ਬਦਮਾਸ਼ ਬਣੇ ਹੋ? ਹਾਂਜੀ। ਆਹ 100 ਮਾਰ ਖਾਂ 100 ਬੰਦਾ ਮਾਰੇ ਆਸ਼ ਦਾਦਾ, ਇਹ ਹੁੰਦੀ ਬਦਮਾਸ਼ੀ? ਉਹਦੀ ਪਰਸਨੈਲਿਟੀ ਤੋਂ ਲੱਗ ਰਿਹਾ ਕਿ ਬਦਮਾਸ਼ ਇਹਨੇ ਚੁਣ ਚੁਣ ਕੇ ਬੰਦਾ ਮਾਰਿਆ ਹੋਇਆ। ਹਾਂ, ਆ ਕੋਈ ਆਰਡਰ ਹੁਕਮ ਹੋਵੇ ਇਧਰ ਲਾ ਕੇ ਆ ਕੇ ਦੱਸੋ 100 ਬੰਦਾ ਕਿਵੇਂ ਮਾਰਿਆ। ਮੈਂ 7 ਵਾਰ ਖੜਾ ਆ, ਆ ਤੁਹਾਡੇ ਕੋਲ ਤਾਂ ਖੜਾ ਮੈਂ। ਉਧਰ ਕਿਹਨੂੰ ਦੱਸ ਰਹੇ ਹੋ? ਇਧਰ ਆ ਕੇ ਮੈਨੂੰ ਦੱਸੋ। 100 ਬੰਦਾ ਮਾਰਿਆ ਈ? ਹਾਂਜੀ, ਪਿੰਡ ਪਿੰਡ ਥਾਂ ਥਾਂ ਈ ਕੋਈ ਨਾ ਆਟੋ ਆਟੀ ਬਦਮਾ। ਸੌਰੀ ਭਲਵਾਨ ਜੀ, ਬੇਟਾਮੀ ਭੈਣ ਦੇ ਨਹੀਂ ਛੱਡਦੇ। ਕੀ ਆਰਡਰ ਏ? 100 ਬੰਦਾ ਕਿੰਜ ਮਾਰਿਆ ਈ ਤੁਸੀਂ ਫਿਰ? 100 ਬੰਦਾ ਕਿੰਜ ਮਾਰਿਆ? ਹਕੀਮ ਦੀ ਦੁਕਾਨ ਹੁੰਦੀ ਸੀ ਮੇਰੀ। ਅੱਛਾ, ਬਸ ਇੱਕ ਕੁਸ਼ਤਾ ਤਿਆਰ ਕਰ ਬੈਠਾ, ਉਹ ਚ ਪੈ ਗਿਆ ਜ਼ਹਿਰ, ਫਿਰ ਉਹਦੀ ਬਣਾਈ 100 ਪੂੜੀ। ਅੱਛਾ, 100 ਦੀ 100 ਹੀ ਵਿਕ ਗਈ। ਅੱਛਾ ਜੀ, ਬਸ ਕੋਈ ਇਧਰੋਂ ਸੁਨੇਹਾ ਆ ਰਿਹਾ 9 ਬੰਦੇ ਫੁੜਕ ਗਏ, ਕੋਈ ਉਧਰੋਂ ਆ ਰਿਹਾ 23 ਬੰਦੇ। ਓਹੋ, ਮੈਂ ਕਹਿੰਦਾ ਮੈਂ 96 ਬੰਦੇ ਕਰ ਲੈ ਤੇ 4 ਫੇਰ ਘਾਟਾ। ਉਹ ਤੇਰੀ ਭੈਣ ਦੇ ਯਾਰ ਫੜ ਲਏ ਮੈਂ ਵੀ ਸਾਰਿਆ, 96 ਥੋੜੇ ਆ। ਆ ਬਦਮਾਸ਼ ਓਏ, ਇਹ ਕੀ ਗੱਲ ਆ? ਇਹ ਮਹੀਨਾ ਹੋ ਗਿਆ ਫੜੀ, ਇਹ ਮਹੀਨੇ ਦੀ ਹੈ, ਕਿੱਥੋਂ ਭਰ ਭਰ ਪੀ ਜਾਂਦੇ। ਆ ਵੀ ਇੰਨੀ ਕੁ ਬੋਤਲ ਆ, ਉਹਨੇ ਵਕਤ ਪਾਇਆ ਆ, ਮੈਂ ਤਾਂ ਹੈਰਾਨ ਹੋ ਗਿਆ ਵੀ ਇਹ ਭਰ ਭਰ ਕਿੱਥੋਂ ਪੀ ਜਾਂਦੇ ਆ ਤੁਸੀਂ। ਚੰਗਾ ਭਲਾ ਬਦਮਾਸ਼ ਮੇਰਾ ਧਿਆਨ ਬਹੁਤ ਆ, ਪੈਪ ਡਿਊਟੀ ਨੂੰ ਲੱਗਣ ਡਿਆ। ਆ ਵੀ ਇਹ ਪੈਪ ਛੋਟਾ ਤਾਂ ਪਾਣੀ ਵਾਲਾ ਲਿਆ ਦਮਾ, ਵੀ ਐਨਕ ਸਿੱਧੀ ਲਾਓ ਉੱਤੇ, ਕੀ ਗੱਲ ਐ ਲੈਟਾਂ ਗਿਣ ਲੈ। ਗੁੱਸੇ ਨੀ ਹੋਣਾ, ਬੰਦੇ ਘੱਟ ਕਰ ਲੈਨੇ। ਓਏ ਬਦਮਾਸ਼ਾ ਜੀ, ਓਏ ਭੈਣ ਸਾਬਰਾਈ, ਓਏ ਹੌਲੀ ਬੋਲ, ਓ ਤੇਰੀ ਹੋਏਗੀ ਓਏ। ਓਏ ਮੇਰੇ ਬਦਮਾਸ਼ਾ ਦੀ ਕੋਈ ਭੈਣ ਨਹੀਂ ਹੁੰਦੀ। ਓਏ ਤੈਨੂੰ ਪਤਾ ਕੌਣ ਹੈ? ਕੌਣ ਇਹ? ਓਏ ਚੰਨ ਵੀਰ ਜੀ ਭੈਣ ਹੀ ਓਏ। ਐਡਾ ਵੱਡਾ ਬਦਮਾਸ਼ ਚੰਨ ਬਦਮਾਸ਼ ਦੇ ਡੇਰੇ ਤੇ ਪਨਾਹ ਲੈਣ ਆਇਆ ਤੂੰ, ਹੁਣ ਕੀ ਹੈ? ਹੁਣ ਕੁਝ ਨਹੀਂ ਮੇਰੇ। ਮੁਬਾਰਕ ਹੋਵੇ, ਮੁਬਾਰਕ ਹੋਵੇ ਭੈਣ ਸਾਬਰਾ। ਕੀ ਆ ਚੰਨ ਵੀਰ ਰਹੀ ਕਰਾ ਕੇ ਆ ਰਿਹਾ ਜੇ? ਅੱਛਾ ਜੀ, ਹਾਂ ਬਾਹਰ ਗੱਡੀਆਂ ਰੁਕ ਗਈਆਂ, ਸਾਰੇ ਆ ਰਹੇ ਨੇ, ਚਾਰੀ ਕਰ ਲਓ। ਇਹ ਸਦਕੇ ਤੇ ਵਾਰੀ ਆਪਣੇ ਵੀਰ ਤੋਂ। ਓਏ ਆ ਲਾਲਾ, ਓ ਜਿੰਦੇਵਾਦ ਸ਼ਾਦੇ ਬਖਸ਼ੇ, ਆ ਤੂੰ ਸਹਾ ਸ਼ਾਦੇ। ਪਰੇਸ਼ਾਨ ਨਹੀਂ ਕੀਤਾ ਤੇਰੇ ਹੁੰਦੇ ਆ, ਸਾਨੂੰ ਕਿਸੇ ਨੇ ਪਰੇਸ਼ਾਨ ਕਰਕੇ ਆਪਣੀ ਮੌਤ ਨੂੰ ਆਵਾਜ਼ ਦੇਣੀ ਹੈ। ਸਾਨੂੰ ਕੋਈ ਤੰਗ ਕਰਦੇ ਕਿਵੇਂ ਹੋ ਸਕਦਾ? ਤੇ ਫਿਰ ਸੁਣਾ, ਸਾਡੇ ਡੇਰੇ ਦਾ ਪਹਿਲਾ ਅਸੂਲ ਹੈ ਕਿ ਕਿਸੇ ਦੀ ਧੀ ਭੈਣ ਨੂੰ ਹਮੇਸ਼ਾ ਆਪਣੀ ਧੀ ਭੈਣ ਸਮਝਣਾ। ਚੰਨ ਦਾ ਦੂਜਾ ਅਸੂਲ ਹੈ ਕਿ ਸਾਡੇ ਡੇਰੇ 'ਤੇ ਕੋਈ ਵੀ ਫਰਿਆਦੀ ਆਵੇ, ਉਹਨੂੰ ਖਾਲੀ ਹੱਥ ਨਹੀਂ ਜਾਣਾ ਚਾਹੀਦਾ।
ਤੇ ਚੰਨ ਦਾ ਤੀਜਾ ਅਸੂਲ ਇਹ ਕਿ ਕੋਈ ਔਰਤ ਜਾਤ ਸਾਡੇ ਕੋਲ ਆਵੇ ਤੇ ਤੁਹਾਡੀ ਸਾਰਿਆਂ ਦੀ ਅੱਖ ਨੀਵੀਂ ਹੋਣੀ ਚਾਹੀਦੀ ਹੈ। ਚੰਨ ਦਾ ਚੌਥਾ ਤੇ ਆਖਰੀ ਅਸੂਲ ਇਹ ਕਿ ਮੁਲਕ ਸਾਡਾ ਵਤਨ ਹੈ, ਇਹ ਧਰਤੀ ਸਾਡੀ ਮਾਂ ਹੈ, ਅਸੀਂ ਇਹਦੀ ਇੰਜ ਹਿਫਾਜ਼ਤ ਕਰਾਂਗੇ ਜਿਵੇਂ ਬੁੱਢੀ ਮਾਂ ਦੀ ਜਵਾਨ ਪੁੱਤਰ ਹਿਫਾਜ਼ਤ ਕਰਦੇ ਨੇ। ਚੰਨ ਦੇ ਪਾਕਿਸਤਾਨ ਹਿੰਦੂ ਹੈ, ਪਾਕਿਸਤਾਨ ਹਿੰਦੂ ਹੈ। ਉਹ ਕੀ ਕਹੀ ਜਾ ਰਿਹਾ? ਪਾਕਿਸਤਾਨ ਹਿੰਦੂ ਹੈ। ਤੂੰ ਪਾਕਿਸਤਾਨ ਕਹੀ ਜਾ, ਅੰਦਰ ਬਾਹਰ ਰਹਿਣ ਦੇ। ਨਹੀਂ, ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਕਹਿ ਰਹੇ ਹਾਂ। ਹਾਂ, ਮੈਂ ਆਪਣੇ ਚੰਨ ਵੀਰ ਵਾਸਤੇ ਚੂਰੀ ਬਣਾ ਕੇ ਲੈਣੀ, ਦੇਸੀ ਘਿਓ ਦੀ। ਦੇਸੀ ਘਿਓ ਦੀ ਚੂਰੀ? ਕੀ ਦੇਸੀ ਘਿਓ ਦੀ ਚੂਈ? ਦੇਸੀ ਘਿਓ ਦੀ ਚੂਈ ਲੈ ਕੇ ਪਰੇਸ਼ਾਨੀ ਹੈ ਤਾਂ ਦੱਸੋ। ਓਏ ਪਰੇਸ਼ਾਨੀ ਨਾ ਲੈ, ਇੱਕ ਬੜੀ ਬੁਰੀ ਖਬਰ ਹੈ। ਓ ਕਿਹੜੀ? ਓਏ ਦੁਸ਼ਮਣਾਂ ਨੇ ਫੇਰ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਉਹਨਾਂ ਦੀ। ਇਹ ਜ਼ਰੂਰਤ ਲੱਗਦਾ ਚੰਨ ਨੂੰ ਇੱਕ ਵਾਰੀ ਫੇਰ ਲਾਸ਼ਾਂ ਦੇ ਢੇਰ ਲਾਉਣੇ ਪੈਣੇ ਨੇ। ਮੈਂ ਹੁਣੇ ਆਉਣਾ। ਸਬਰ ਕਰ ਚੰਨ ਬਦਮਾਸ਼, ਚੁਰਤ ਕਿਵੇਂ ਹੋਈ ਚੰਨ ਦੀ ਕੁਰਸੀ ਤੇ ਬਹਿਣ ਦੀ? ਚੰਨ ਮੈਂ ਹੀ ਹਾਂ। ਤੈਨੂੰ ਮੌਲਾਂ ਵਾਸਤੇ ਕੁਛ ਕਹੀ ਨਾ। ਕੀ ਕੀਤਾ ਤੂੰ? 100 ਬੰਦੇ ਮਾਰਨੇ ਮੋਤੀ ਜੋਗਰ ਨੇ। ਤੇ ਫਿਰ ਠੀਕ ਹੈ, ਕਬਜ਼ਾ ਲੈਣ ਜਾਏਗਾ। ਓਏ, ਜੁੱਸੇ ਤੋਂ ਤਾਂ ਲੱਗਦਾ ਹੈ ਤੁਮੇ ਕਿਸੇ ਚੰਗੀ ਮਾਂ ਦਾ ਨੀੜੋ ਦਾ ਦੁੱਧ ਪੀਤਾ ਹੈ। ਓਏ, ਚੰਨ ਦੇ ਸਾਹਮਣੇ ਉੱਚੀ ਆਵਾਜ਼ ਚ ਨਹੀਂ, ਅਸੀਂ ਤੈਨੂੰ ਕਹਿ ਰਹੇ ਹਾਂ ਕਬਜ਼ਾ ਲੈ ਕੇ ਆਏਗਾ। ਕਬਜ਼ਾ ਤਾਂ ਮੈਂ ਲੈ ਲਾਂਗਾ, ਪਰ ਡੇਲੇ ਬਾਹਰ ਆ ਜਾਂਦੇ ਆ। ਜ਼ਮੀਨਾਂ ਦਾ ਕਬਜ਼ਾ ਲੈਣਾ ਲੋਹੇ ਦਾ ਨਹੀਂ। ਉਹੀ ਕੀਤੀ ਹੋਣਾ ਫਿਰ ਕਮੀਆਂ ਵਾਲੀ ਗੱਲ। ਆਹ ਤੇਰੇ ਘਰ ਦਾ ਨਮਕ ਖਾਧਾ ਹੈ ਤੇ ਹੁਣੀ ਉਹਦਾ ਹੱਕ ਵੀ ਮੰਗਣ ਲੱਗ ਪਿਆ ਹੈ। ਔਰ ਕਿੱਥੇ ਜਾਣਾ ਹੈ? ਸਾਡੀ ਜ਼ਮੀਨ ਤੇ 5 ਬੰਦੇ ਬੈਠੇ ਨੇ, ਕੱਲੇ ਕੱਲੇ ਬੰਦੇ ਨੇ 25-25 ਬੰਦਾ ਮਾਰਿਆ, ਉਹਨਾਂ ਕੋਲੋਂ ਕਬਜ਼ਾ ਲੈ ਕੇ ਆਉਣਾ ਹੈ। ਗੱਲ ਬਹਿ ਕੇ ਨਹੀਂ ਮੁੱਕਦੀ। ਔਰ ਕਿੰਨਾ ਨੂੰ ਲੈ ਆਇਆ ਕੁੱਤਿਆ? ਓਏ, ਬੜੇ ਵੱਡੇ ਬਦਮਾਸ਼ ਨੇ ਲਾਲਾ। ਓਏ, ਜਾਣਾ ਹੀ ਆ ਫਿਰ ਭੇਜਾਂ ਤੈਨੂੰ। ਮੇਰਾ ਹੁਣ ਇੱਕ ਬਾਬਾ ਵਾਕਫ ਆ, ਤਵੀਜ਼ ਧਾਗੇ ਨਾਲ ਬੇਲਾ ਕਰ ਕਰ ਦਿੰਦੇ। ਓਏ, ਲੈ ਜਾ ਇਹਨੂੰ ਕੁੱਤੇ ਨੂੰ। ਕੀ ਹੁਕਮ ਹੈ ਲਾਲਾ? ਦੋਜੇ ਨੂੰ ਬੁਲਾ। ਓਏ ਜਨਾਬਰ ਬਦਮਾਸ਼ਾ, ਆਏ ਹੋਏ। ਉਹ ਹਾਏ ਵਾਏ ਨਾ ਕਰ, ਭਲਵਾਨ ਨੂੰ ਸਲਾਮ ਕਰ। ਭਲਵਾਨ ਆਪ ਕਰ ਲਵੇ, ਮੁਸਲਮਾਨ ਨੀ। 100 ਬੰਦਾ ਮਾਰ ਕੇ ਮੈਰਿਟ ਤੇ ਆਏ ਆ, ਗਿਣਤੀ ਪੂਰੀ ਕਰਾਈ ਹੈ। ਓਏ, ਉਸ ਕੋ ਡਰ ਹੈ? ਉਸ ਕੋ ਡਰ ਹੈ? ਹਾਏ ਹਾਏ ਹਾਏ, ਇੰਨਾ ਬਹੁਤ ਹੀ। ਓਏ, ਤੈਨੂੰ ਪਤਾ ਕੌਣ ਹੈ ਬੜਾ ਵੱਡਾ ਬਦਮਾਸ਼? ਓਏ, ਜਿੱਡਾ ਮਰਜ਼ੀ ਵੱਡਾ ਬਦਮਾਸ਼ ਹੈ, ਸਾਡੇ ਤੋਂ ਵੱਡਾ ਨਹੀਂ ਆ। ਨੌਕਰੀ ਕਰੇਗਾ ਚੰਨ ਦੀ? ਓ, ਨੌਕਰੀ ਨਹੀਂ ਆ, ਕੰਮੀ ਕਮੀ ਦੀ ਨੌਕਰੀ ਨਹੀਂ ਉਹ ਕੀਤੀ। ਓਏ, ਕਾਮੇ ਵੀ ਰਹੇ ਆ, ਨਵਾਬਾਂ ਦੇ ਰਹੇ ਆ। ਓਏ, ਚੀਲਾਂ ਤੇ ਗਿੱਧਾਂ ਦਾ ਸ਼ਿਕਾਰ ਨਹੀਂ ਉਹ ਕੀਤਾ। ਓਏ, ਸ਼ਿਕਾਰੀ ਵੀ ਰਹੇ ਆ, ਉਕਾਬਾਂ ਦੇ ਰਹੇ ਆ।
ਚਰਸੀ ਤੇ ਭੰਗੀ ਦੀ ਮਹਿਫਲ ਨਹੀਂ ਕੀਤੀ। ਪੈਂਗੀ ਵੀ ਰਹਿਆ, ਸ਼ਰਾਬਾਂ ਦਾ ਰਹਿਆ, ਆਪਣਾ ਮਕਾਨ ਲੈ ਨਹੀਂ ਸਕੇ, ਜਦੋਂ ਵੀ ਰਹਿਆ ਕਿਰਾਏ ਤੇ ਰਹਿਆ। ਕਬਜ਼ਾ ਲੈ ਲੇਗਾ, ਅੱਧੀ ਰਾਤ ਨੂੰ ਕਿਹਦੀ ਦੁਕਾਨ ਖਲਾਵਾਂ ਪਹਿਲਵਾਨ? ਦੁਕਾਨ ਦਾ ਨਹੀਂ, ਸਵੇਰੇ ਲੈ ਲਾਂਗੇ ਸਕੂਨ ਨਾਲ, ਰੇਲ ਬਾਜ਼ਾਰੋਂ ਮਿਲਣਾ ਵੀ ਸਸਤਾ ਵਾ। ਜ਼ਮੀਨਾਂ ਦਾ ਕਬਜ਼ਾ ਲੈਣਾ ਹੈ। ਜ਼ਮੀਨਾਂ ਕਿਹਦੀਆਂ ਨੇ? ਉੱਥੇ ਪੰਜ ਬੰਦੇ ਬੈਠੇ ਨੇ, ਹਰ ਬੰਦੇ ਨੇ ਪੰਜੀ ਪੰਜੀ ਬੰਦੇ ਮਾਰੇ ਨੇ, ਉਹਨਾਂ ਕੋਲੋਂ ਕਬਜ਼ਾ ਛੁਡਾਉਣਾ ਹੈ। ਕਿਹਨੇ? ਤੂੰ? ਮੈਂ? ਆਇਆ ਹੋਏ ਤੂੰ? ਉਹਨਾਂ ਨੇ ਪੰਜੀ ਪੰਜੀ ਬੰਦੇ ਪਹਿਲੇ ਮਾਰੇ ਆ। ਹਾਂ, ਜਿਹਨਾਂ ਨੇ ਪੰਜੀ ਪੰਜੀ ਮਾਰੇ ਆ ਉਹਨਾਂ ਦਾ ਤਾਂ ਹੱਥ ਖੁੱਲਿਆ। ਜਿਹਨਾਂ ਨੇ ਪੰਜੀ ਮਾਰਤੇ ਉਹਨਾਂ ਨੇ ਛੱਬੀਵਾਂ ਕਿਤੇ ਉਹਨੂੰ ਡਿਲੇ ਕਰਨਾ? ਉਹਨਾਂ ਨੇ ਛੱਬੀਵਾਂ ਹੀ ਮਾਰ ਦੇਣਾ ਵੀਰੇ। ਉਰੇ ਆ ਵੀਰੇ ਬਦਮਾਸ਼, ਉਰੇ। ਪਤਾ ਕੀ ਗੱਲ ਆ, ਮੈਂ ਡਰਾਈਵਰ ਬੰਦਾ, ਮੇਰਾ ਲਾਇਸੈਂਸ ਬਣਿਆ, ਮੇਰੀ ਸੁਲਾਹ ਹੋ ਜਾਣੀ ਆ। ਆਏ ਅੰਦਰ ਲੈ ਜਾਓ ਦੇਸੀ ਚੂਹੇ ਨੂੰ। ਤੁਸੀਂ ਜੇ ਕਹਿੰਦੇ ਹੋ ਬਦਮਾਸ਼, ਕਿਹੜੇ ਮਫਰੂਰ ਫੜ ਕੇ ਲੈ ਆਉਂਦੇ ਜੇ ਡੇਰੇ ਤੇ? ਚੱਲ ਅੰਦਰ, ਅਗਲਾ ਬੁਲਾ। ਓਏ ਹਕੀਮ ਬਦਮਾਸ਼, ਕੀ ਕਰ ਲੈਣਾ? ਕਰਨ ਗਿਆ ਸੀ ਬਾਥਰੂਮ ਚ, ਬੰਦਾ ਵੜਿਆ ਜੀ, ਇੰਨਾ ਆਵਾਜ਼ਾਰ ਹੋਇਆ, ਹੁਣ ਮੈਂ ਵਾਪਸ ਆ ਗਿਆ। ਮੇਰਾ ਕੰਮ ਕਰੇਗਾ? ਸਿਆਣਾ ਬਿਆਣਾ ਬੰਦਾ ਹੁਣ ਘੋੜੀ ਬਣਿਆ, ਚੰਗਾ ਲੱਗਦਾ? ਕੀ ਕਹਿ ਰਿਹਾ ਤੂੰ? ਚੰਨ ਨਾਲ ਬਦਤਮੀਜ਼ੀ ਕਰ ਰਿਹਾ? ਨਹੀਂ ਜੀ, ਕਬਜ਼ਾ ਲੈ ਲੇਗਾ। ਆ ਸਰਵਰ ਸਾਈਕਲ ਲੈ ਕੇ ਆਉਂਦਾ ਤੇ ਮੈਂ ਲੈ ਆਉਂਦਾ ਜੀ। ਆ ਜ਼ਮੀਨਾਂ ਦਾ ਕਬਜ਼ਾ ਲੈਣਾ, ਜ਼ਮੀਨਾਂ ਦਾ। ਅੱਛਾ, ਜਿਹੜੇ ਪੰਜ ਬੰਦੇ ਬੈਠੇ ਨੇ, ਹਰ ਬੰਦੇ ਨੇ ਪੰਜੀ ਪੰਜੀ ਬੰਦੇ ਮਾਰੇ ਨੇ, ਇਕੱਲੇ ਇਕੱਲੇ ਨੇ? ਹਾਂ, ਪੂਰੀ ਗੱਲ ਸੁਣਾ ਪੂਰੀ। ਜਿਹਨੇ ਬੰਦੇ ਬੈਠੇ ਨੇ, ਹਰ ਬੰਦੇ ਨੇ ਪੰਜੀ ਪੰਜੀ ਬੰਦੇ ਮਾਰੇ ਨੇ, ਤੂੰ ਉਹਨਾਂ ਕੋਲੋਂ ਕਬਜ਼ਾ ਲੈਣ ਜਾਏਗਾ? ਜਾਣੀ ਮੈਂ ਪੰਜੀਆਂ ਬੰਦਿਆਂ ਕੋਲ ਕਬਜ਼ਾ ਲੈਣ ਜਾਣਾ ਆ? ਹਾਂ, ਤੇ ਮੈਂ ਜਾਨਵਰਾਂ ਫੜ ਲਿਆਉਂਦਾ, ਐਡੀ ਦੂਰ ਜਾਣ ਦੀ ਕਿਹੜੀ ਜ਼ਰੂਰਤ ਆ? ਓਏ ਆ ਕਬਜ਼ਾ ਨਹੀਂ, ਜ਼ਮੀਨਾਂ ਦਾ ਕਬਜ਼ਾ ਲੈਣਾ ਕੁੱਤਿਓ। ਅੱਛਾ ਅੱਛਾ ਜੀ, ਪੰਜੀ ਬੰਦੇ ਉੱਥੇ ਹੀ ਹੁੰਦੇ ਆ? ਪੰਜ ਬੰਦੇ ਨੇ, ਹਰ ਬੰਦੇ ਨੇ ਪੰਜੀ ਪੰਜੀ ਬੰਦੇ ਮਾਰੇ ਨੇ, ਉਹਨਾਂ ਕੋਲੋਂ ਕਬਜ਼ਾ ਲੈਣਾ ਹੈ, ਜਾ ਲੈ ਗਿਆ। ਆ ਮੇਰੇ ਨਾਲ, ਉਹ ਕਬਜ਼ਾ ਲੈਣ ਚੱਲੀਏ ਕੁੱਤਿਆ, ਮੇਰੇ ਤੋਂ ਚੁੱਕ ਨਹੀਂ ਹੋਣਾ। ਹਾਏ, ਇਹਨਾਂ ਨੇ ਘੱਟਾ ਕਬਜ਼ਾ ਲੈਣਾ, ਮੈਂ ਆਪ ਹੀ ਲੈ ਲਾਂਗਾ। ਬਹੁਤ ਅੱਛੇ, ਤੈਨੂੰ ਜੋ ਪਤਾ ਵੀ ਇਹਨੇ ਕਬਜ਼ਾ ਆਪ ਲੈਣ ਜਾਣਾ, ਸਾਰਿਆਂ ਮੈਨੂੰ ਕੁੱਤ ਲਾਇਆ।